ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਝੋਨੇ ਦੇ ਵਿੱਚ ਆਪਾਂ ਪਾਣੀ ਵਾਲੇ ਪੱਖ ਤੋਂ ਕਿਸਾਨ ਵੀਰੋ ਹੁਣ ਬਹੁਤ ਜ਼ਿਆਦਾ ਸੁਚੇਤ ਰਹਿਣਾ ਹੈ ਧਿਆਨ ਰੱਖਣਾ ਹੈ ਕਿ ਪਾਣੀ ਆਪਾਂ ਸਹੀ ਤਰੀਕੇ ਲਾਈਏ ਨਹੀਂ ਤਾਂ ਹੁਣ ਜਿਹੜੀ ਫਸਲ ਆ ਤਕਰੀਬਨ ਪੂਰਾ ਫਟਾਰਾ ਲੈ ਰਹੀ ਹੈ ਤੇ ਜੇ ਆਪਾਂ ਪਾਣੀ ਦੇ ਵਿੱਚ ਇੱਕ ਦੋ ਨੁਕਤਿਆਂ ਦਾ ਧਿਆਨ ਨਹੀਂ ਰੱਖਦੇ ਤਾਂ ਫਸਲ ਦੇ ਵਿੱਚ ਮੁੱਡਾਂ ਦੇ ਗਾਲੇ ਦੀ ਸਮੱਸਿਆ ਸ਼ੀਥ ਬਲਾਈਟ ਜਾਂ ਹੋਰ ਕੀੜੇ ਮਕੌੜਿਆਂ ਦੇ ਹਮਲੇ ਜਿਹੜੇ ਹੈਗੇ ਆ ਹੋ ਸਕਦੇ ਕਿਉਂਕਿ ਲਗਾਤਾਰ ਖੇਤ ਚ ਪਾਣੀ ਖੜਨਾ ਹਿਮੀਡਿਟੀ ਜਿਹੜੀ ਮਾਈਕਰੋ ਕਲਾਈਮੇਟ ਆ ਉੱਥੇ ਜਿਹੜੇ ਹਵਾ ਦੇ ਵਿੱਚ ਨਮੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਹਮਸ ਭਰਿਆ ਮੌਲ ਹੋ ਜਾਂਦਾ ਸੋ ਇਹ ਆਪਾਂ ਦੋ ਨੁਕਤੇ ਜ਼ਰੂਰੀ ਸਾਂਝੇ ਕਰਨੇ ਆ ਜਿਹੜੇ ਨਵੇਂ ਕੋਈ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਬਟਨ ਦਾ ਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਾ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਕਿਸਾਨ ਵੀਰੋ ਝੋਨੇ ਦੀ ਫਸਲ ਦੇ ਵਿੱਚ ਹੁਣ ਫਟਾਰਾ ਹੋ ਰਿਹਾ ਹੈ ਕੋਸ਼ਿਸ਼ ਇਹ ਕਰਨੀ ਕਿਉਂਕਿ ਪਿਛਲੇ 2-3 ਦਿਨਾਂ ਚ ਵਧੀਆ ਚੰਗੇ ਮੀਂਹ ਪੈ ਗਏ ਆ। ਖੇਤਾਂ ਦੇ ਵਿੱਚ ਵਧੀਆ ਪਾਣੀ ਜਿਹੜਾ ਪੂਰਾ ਖੜ ਗਿਆ। ਹੁਣ ਆਪਾਂ ਇੱਕ ਗੱਲ ਦਾ ਖਿਆਲ ਰੱਖਣਾ ਕਿ ਹੁਣ ਆਪਾਂ ਪਾਣੀ ਜਿਹੜਾ ਹੈਗਾ ਝੋਨੇ ਦੀ ਫਸਲ ਨੂੰ ਉਦੋਂ ਲਾਉਣਾ ਜਦੋਂ ਪਹਿਲਾ ਪਾਣੀ ਖੇਤ ਦੇ ਵਿੱਚ ਜਜ਼ਬ ਹੋ ਜੇ। ਉਦੋਂ ਬਾਅਦ ਹਵਾ ਲਵਾ ਕੇ ਖੇਤ ਨੂੰ ਇੱਕ ਦੋ ਦਿਨਾਂ ਬਾਅਦ ਪਾਣੀ ਲਾਓ। ਕਈ ਕਿਸਾਨ ਵੀਰ ਆ ਜਿਹੜੇ ਉਹ ਝੋਨੇ ਦੇ ਜਦੋਂ ਮੀਂਹ ਪੈ ਵੀ ਚੁੱਕਿਆ ਤਾਂ ਵੀ ਜਿਹੜੇ ਹੈਗੀਆਂ ਮੋਟਰਾਂ ਚੱਲਦੀਆਂ ਦੇਖੀਆਂ ਨੇ ਕਿਸਾਨ ਵੀਰਾਂ ਨੇ ਜਿਹੜਾ ਹੈਗਾ ਨਾਲ ਦੀ ਨਾਲ ਪਾਣੀ ਹੋਰ ਪਰ ਰਹਿ ਕੇ ਚ ਪਰ ਇਹਦੇ ਨਾਲ ਕਿਸਾਨ ਵੀਰੋ ਬਿਮਾਰੀਆਂ ਦੀ ਸਮੱਸਿਆ ਆ ਸਕਦੀ ਹੈ ਖਾਸ ਤੌਰ ਤੇ ਜਿਵੇਂ ਸ਼ੀਥ ਰੌਟ ਸ਼ੀਥ ਬ্লাইਟ ਹੈ ਮੁੰਡਾ ਦਾ ਤਣੇ ਦਾ ਗਾਲਾ ਉਹ ਪੈ ਸਕਦਾ ਹੈ ਇਹਦੇ ਨਾਲ ਜਿਹੜੀ ਹੈਗੀ ਆ ਫਸਲ ਦੇ ਵਿੱਚ ਜਿਹੜੀ ਸਮੱਸਿਆ ਆਪਾਂ ਨੂੰ ਆਊਗੀ ਜਦੋਂ ਤੱਕ ਫਸਲ ਪੂਰੀ ਫੋਟ ਕਰਦੀ ਉਦੋਂ ਤੱਕ ਆਪਾਂ ਪਾਣੀ ਜਿਹੜਾ ਹੈਗਾ ਕੋਸ਼ਿਸ਼ ਕਰੋ ਵੇਚਦੀ ਇੱਕ ਇੱਕ ਦੋ ਦੋ ਦਿਨ ਹਵਾ ਲਵਾ ਕੇ ਲਾਓ ਜਦੋਂ ਉਸ ਤੋਂ ਬਾਅਦ ਫਸਲ ਗੋਚਾਉਣੀ ਸ਼ੁਰੂ ਹੋਗੀ ਉਦੋਂ ਲੈ ਕੇ ਜਦੋਂ ਤੱਕ ਨਸਾਰਾ ਕੰਪਲੀਟ ਨਹੀਂ ਹੁੰਦਾ ਤੇ ਦੁੱਧਾ ਪਰਣਾ ਸ਼ੁਰੂ ਨਹੀਂ ਹੁੰਦਾ ਉਦੋਂ ਖੇਤ 'ਚ ਆਪਾਂ ਪਾਣੀ ਨਹੀਂ ਬਿਲਕੁਲ ਸੁੱਕਣ ਦੇਣਾ ਆਮ ਤੌਰ ਤੇ ਦੇਖਣ ਜਾਏ ਕਿ ਕਿਸਾਨ ਵੀਰ ਜਿਹੜੇ ਇਹ ਪਹਿਲਾਂ ਆਪਾਂ ਲਗਾਤਾਰ ਖੇਤ 'ਚ ਪਾਣੀ ਖੜਾ ਰੱਖਦੇ ਜਦੋਂ ਫਸਲ ਗੋਭ ਚ ਆ ਜਾਂਦੀ ਹੈ ਤੇ ਨਸਾਰਾ ਸ਼ੁਰੂ ਹੁੰਦਾ ਉਦੋਂ ਕਿਸਾਨ ਵੀਰ ਆ ਜਿਆਦਾ ਜਿਹੜਾ ਖੇਤ ਨੂੰ ਹਵਾ ਲਵਾਉਣ ਲੱਗ ਪੈਂਦੇ ਆ ਪਰ ਆਪਾਂ ਨੂੰ ਇਸ ਦੇ ਉਲਟ ਕਰਨਾ ਚਾਹੀਦਾ ਪਹਿਲਾਂ ਆਪਾਂ ਜਿਹੜਾ ਖੇਤ ਨੂੰ ਹਵਾ ਲਵਾ ਕੇ ਪਾਣੀ ਲਾਈਏ ਕਈ ਥਾਵਾਂ ਦੇ ਕਿਸਾਨ ਵੀਰਾਂ ਦਾ ਤਰਕ ਹੁੰਦਾ ਕਿ ਜਿਹੜਾ ਇਹਦੇ ਨਾਲ ਜੇ ਅਸੀਂ ਪਾਣੀ ਸੁਕਾਉਣੇ ਆ ਤਾਂ ਚੂਹੇ ਦੀ ਸਮੱਸਿਆ ਆਉਂਦੀ ਪਾਣੀ ਆਪਾਂ ਸੁਕਾਉਣਾ ਨਹੀਂ ਖੇਤ ਸੁਕਾਉਣਾ ਹੀ ਹੈ ਕਿਸਾਨ ਵੀਰੋ ਖੇਤ ਦੇ ਵਿੱਚ ਪਾਣੀ ਜੀਰਨ ਦੇਣਾ ਉਦੋਂ ਦੂਜੇ ਦਿਨ ਤੀਜੇ ਦਿਨ ਫੇਰ ਤੁਸੀਂ ਪਾਣੀ ਜਰੂਰ ਦੇ ਅਨੁਸਾਰ ਛੱਡ ਸਕਦੇ ਆ ਜੇ ਕੋਈ ਖੇਤ ਦੇ ਵਿੱਚ ਪਾਣੀ ਦੀ ਘਾਟ ਵੀ ਆ ਜੂ ਇੱਕ ਦੋ ਦਿਨ ਜਦੋਂ ਤੱਕ ਫਸਲ ਫਟਾਰ ਰਲਿੰਦੀ ਕੋਈ ਸਮੱਸਿਆ ਨਹੀਂ ਆਉਂਦੀ ਹੈਗੀ ਪਰ ਜਦੋਂ ਫਸਲ ਗੋਭ ਚ ਆ ਗਈ ਉਦੋਂ ਬਾਅਦ ਨਸਾਰਾ ਹੋਣ ਤੱਕ ਕੰਪਲੀਟ ਹੋਣ ਤੱਕ ਜੇ ਫਲਾਵਰਿੰਗ ਕੰਪਲੀਟ ਤੱਕ ਉਦੋਂ ਆਪਾਂ ਖੇਤ ਚ ਪਾਣੀ ਨਹੀਂ ਸੁੱਕਣ ਦੇਣਾ ਜੇ ਉਦੋਂ ਖੇਤ ਚ ਪਾਣੀ ਸੁੱਕਦਾ ਤਾਂ ਉਹਦੇ ਨਾਲ ਜਿਹੜੀ ਫਸਲ ਦਾ ਝਾੜ ਘਟ ਸਕਦਾ ਪਤਲਾ ਪਤਲਾ ਪਾਣੀ ਖੇਤ ਚ ਖੜਾ ਰਹਿਣਾ ਚਾਹੀਦਾ ਉਦੋਂ ਜੇ ਤੁਸੀਂ ਇੱਕ ਜਿਹੜਾ ਇਹ ਗੱਲ ਨੋਟ ਕਰਿਓ ਕਿ ਜਿੱਥੇ ਖੇਤਾਂ ਦੇ ਵਿੱਚ ਜਦੋਂ ਫਸਲ ਗੋਭ ਚ ਆ ਗਈ ਜਿਹੜੇ ਕਿਸਾਨ ਵੀਰ ਲਗਾਤਾਰ ਖੇਤ ਦੇ ਵਿੱਚ ਪਾਣੀ ਉਦੋਂ ਇੱਕ ਇੱਕ 2-2 ਇੰਚ ਰੱਖਦੇ ਜਿੰਨਾ ਅਵੇਲੇਬਲ ਹੁੰਦਾ ਉਹ ਫਸਲ ਹੌਲੀ-ਹੌਲੀ ਨਸਾਰਾ ਲੈਂਦੀ ਹੈ ਤੇ ਲੰਬਾ ਸਮਾਂ ਜਿਹੜਾ ਹੈਗਾ ਉਹਦਾ ਜਿਹੜਾ ਰੀਪਰੋਡਕਟ ਫੇਜ਼ ਆ ਉਹ ਥੋੜਾ ਜਿਹਾ ਲੰਬਾ ਹੋ ਜਾਂਦਾ ਜਿੱਥੇ ਕਿਸਾਨ ਵੀਰ ਜਦੋਂ ਫਸਲ ਗੋਹ ਚਾਉਂਦੀ ਉਦੋਂ ਪਾਣੀ ਸੁਕਾ ਦਿੰਦੇ ਆ ਇੱਕ ਦਮ ਦਿਨਾਂ ਚ ਹੀ ਫਸਲ ਉਹ ਨਿਸਰ ਜਾਂਦੀ ਹੈ ਉਹਦੇ ਨਾਲ ਕਿਸਾਨ ਵੀਰੋ ਕਈ ਵਾਰ ਦਾਣਾ ਹੌਲਾ ਪੈਣ ਦੀ ਸਮੱਸਿਆ ਵੀ ਆਉਂਦੀ ਹੈ ਸੋ ਇਹ ਗੱਲ ਦਾ ਪਤਾ ਿਆ ਰੱਖਣਾ ਤਾਂ ਕਿ ਜਿਹੜਾ ਜੇ ਆਪਾਂ ਪਹਿਲਾਂ ਪਾਣੀ ਰੋਕ ਰੋਕ ਲਾਵਾਂਗੇ ਹੁਣ ਖਾਸ ਤੌਰ ਤੇ ਹੁਣ ਜਿਹੜਾ ਮੀਂਹ ਦਾ ਪਾਣੀ ਖੇਤਾਂ 'ਚ ਖੜ ਗਿਆ ਇਹ ਪਾਣੀ ਪੂਰਾ ਜੀਰੇ ਤੋਂ ਬਾਅਦ ਫੇਰ ਖੇਤ 'ਚ ਪਾਣੀ ਛੱਡੋ ਕਿਸਾਨ ਵੀਰੋ ਜ਼ਰੂਰਤ ਅਨੁਸਾਰ ਹੀ ਪਾਣੀ ਲਾਇਆ ਜਾਵੇ ਹਵਾ ਲਵਾ ਲਵਾ ਕੇ ਜੇ ਪਾਣੀ ਤੁਸੀਂ ਪਹਿਲਾਂ ਲਾਉਂਗੇ ਫੋਟ ਦੌਰਾਨ ਉਦੋਂ ਬਾਅਦ ਗੋਬ ਗੋਬ ਜਦੋਂ ਪਰਨ ਲੱਗ ਪਿਆ ਚ ਉਹਨਾ ਤਕਰੀਬਨ 60 ਦਿਨ ਤੇ 65 ਦਿਨ ਤੇ 70 ਦਿਨ ਤੇ ਉਦੋਂ ਆਪਾਂ ਖੇਤ ਦੇ ਵਿੱਚ ਲਗਾਤਾਰ ਪਾਣੀ ਥੋੜਾ ਥੋੜਾ ਜਰੂਰ ਰੱਖਣਾ ਤਾਂ ਕਿ ਝੋਨਾ ਹੌਲੀ ਹੌਲੀ ਨਿਸਾਰਾ ਲਊਗਾ ਦਾਣੇ ਦੇ ਵਿੱਚ ਜਿਹੜੀ ਹੈਗੀ ਨਮੀ ਦੀ ਘਾਟ ਨਹੀਂ ਆਊਗੀ ਜਿਹੜੇ ਪੌਲਨ ਗ੍ਰੇਨਸ ਆ ਉਹਨਾਂ ਦੀ ਡੈਸੀਕੇਸ਼ਨ ਨਹੀਂ ਹੋਊਗੀ ਫਲਾਵਰਿੰਗ ਵਧੀਆ ਤਰੀਕੇ ਨਾਲ ਹੋਊਗੀ ਫੋਕ ਘਟ ਬਣੂਗੀ ਸੋ ਇਹ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈ ਹੋਰ ਕੋਈ ਤੁਹਾਡਾ ਸਵਾਲ ਹੋਵੇ ਸਜਾ ਹੋਵੇ ਜਰੂਰ ਦੱਸੋ ਵੀਡੀਓ ਜਿਹੜੀ ਵੱਤ-ਵੱਤ ਕਿਸਾਨ ਵੀਰਾਂ ਤੱਕ ਜਾਣਕਾਰੀ ਲਈ ਸਾਂਝੀ ਜਰੂਰ ਕਰਦਿਆ ਕਰੋ ਤਾਂ ਕਿ ਵੱਤ-ਵੱਤ ਕਿਸਾਨ ਵੀਰਾਂ ਨੂੰ ਜਾਣਕਾਰੀ ਮਿਲ ਸਕੇ ਤੇ ਤੁਸੀਂ ਆਪਦੇ ਸੁਝਾਅ ਦੇ ਸਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ